सियासत व्यापार खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज़ ऐप दैनिक सवेरा टाइम्स। किसान वीरो मैं तुहानूं इक अज खुशखबरी देना चाहना। चंद दिन पहले एक चिट्ठी जिहड़ी गन्ना दे काश्तकारां दे बकाए दी सी ਉਹ ਸਾਹਿਬ ਫਤਿਹ ਜੰਗ ਸਿੰਘ ਜੀ ਬਾਜਵਾ ਐੱਮ ਐੱਲ ਏ ਕਾਦੀਆਂ, ਸਾਹਿਬ ਬਲਵਿੰਦਰ ਸਿੰਘ ਜੀ ਲਾਡੀ ਐੱਮ ਐੱਲ ਏ ਸ਼੍ਰੀ ਹਰਗੋਬਿੰਦਪੁਰ, ਜੋਗਿੰਦਰਪਾਲ ਜੀ ਐੱਮ ਐੱਲ ਏ ਭੂਆ ਅਤੇ ਮੇਰੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਂ 'ਤੇ ਇੱਕ ਓਪਨ ਚਿੱਠੀ ਲਿਖੀ ਗਈ ਸੀ ਜਿਹਦੇ ਵਿੱਚ ਮੈਂ ਉਹਨਾਂ ਨਾਲ ਗੱਲ ਕਹੀ ਸੀ ਕਿ ਸਾਡੇ ਜ਼ਿਮੀਦਾਰ ਭਰਾਵਾਂ ਦਾ ਸਮੁੱਚੇ ਪੰਜਾਬ ਦੇ ਵਿੱਚ ਸਹਿਕਾਰੀ ਮਿੱਲਾਂ ਦਾ ਅਤੇ ਪ੍ਰਾਈਵੇਟ ਮਿੱਲਾਂ ਦਾ ਤਕਰੀਬਨ 682 ਕਰੋੜ ਰੁਪਇਆ ਪਿਛਲੇ ਦੋਵਾਂ ਸਾਲਾਂ ਦਾ ਰਹਿੰਦਾ ਜਿਹੜਾ ਸਰਕਾਰ ਨੇ ਅਤੇ ਪ੍ਰਾਈਵੇਟ ਮਿੱਲਾਂ ਵਾਲਿਆਂ ਨੇ ਅਜੇ ਤੱਕ ਵਾਪਸ ਨਹੀਂ ਕੀਤਾ। ਉਸ ਚਿੱਠੀ ਦਾ ਇਮੀਜੀਏਟ ਅਸਰ ਪੰਜਾਬ ਸਰਕਾਰ 'ਤੇ ਹੋਇਆ। ਕੱਲ੍ਹ ਹੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਆਪਣੀ ਪ੍ਰੈਸ ਕਾਨਫਰੰਸ ਜਿਹੜੀ ਸਮੁੱਚੀ ਪ੍ਰੈਸ ਨਾਲ ਕੀਤੀ ਸੀ ਉਹਦੇ ਵਿੱਚ ਇਹ ਗੱਲ ਤਸਲੀਮ ਕੀਤੀ ਹੈ ਕਿ 300 ਕਰੋੜ ਰੁਪਈਆ ਅਸੀਂ ਜ਼ਿਮੀਦਾਰਾਂ ਦਾ ਦੇਣਾ ਅਤੇ ਉਹਨਾਂ ਨੇ ਇਮੀਜੀਏਟਲੀ ਇਹਦੀ ਤਲੀਮੀ ਦੇ ਹੁਕਮ ਵੀ ਦੇ ਦਿੱਤੇ ਨੇ ਕਿ ਜਲਦੀ ਤੋਂ ਜਲਦੀ ਇਹਦੀ ਤਾਮੀਰ ਹੋਣੀ ਚਾਹੀਦੀ ਹੈ। ਅਤੇ ਮੈਂ ਜ਼ਿਮੀਦਾਰ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਸੋਮਵਾਰ ਵਾਲੇ ਦਿਨ 20 ਕਰੋੜ ਰੁਪਈਆ ਕੋਪਰੇਟਿਵ ਮਿੱਲਾਂ ਦੇ ਖਜ਼ਾਨੇ 'ਚ ਆ ਜਾਏਗਾ। ਅਗਲੇ ਇੱਕ ਹਫ਼ਤੇ ਤੱਕ ਜੋ ਮੈਨੂੰ ਚੀਫ ਮਿਨਿਸਟਰ ਦੇ ਆਫਿਸ ਦੇ ਸੈਕਟਰੀਏਟ 'ਚੋਂ ਪਤਾ ਲੱਗਾ, ਉਹਨਾਂ ਮੈਨੂੰ ਇਤਲਾਹ ਦਿੱਤੀ ਹੈ ਕਿ 30 ਕਰੋੜ ਰੁਪਈਆ ਪਹਿਲੇ ਹਫ਼ਤੇ 'ਚੋਂ ਤਕਰੀਬਨ ਸੋਮਵਾਰ ਤੋਂ ਲੈ ਕੇ ਇੱਕ ਹਫ਼ਤੇ ਬਾਅਦ ਤੱਕ 50 ਕਰੋੜ ਰੁਪਈਆ ਸਹਿਕਾਰੀ ਮਿੱਲਾਂ ਦਾ ਆ ਜਾਏਗਾ ਅਤੇ ਬਾਕੀ ਦੇ ਪੈਸੇ ਵੀ ਆਉਂਦੇ ਇੱਕ ਅੱਧੇ ਮਹੀਨੇ ਤੱਕ ਇਹਨਾਂ ਦੇ ਖਾਤਿਆਂ ਵਿੱਚ ਦੋਵਾਂ ਸਾਲਾਂ ਦੇ ਪੈ ਜਾਣਗੇ। ਇਹਦੇ ਨਾਲ ਨਾਲ ਮੇਰੀ ਅਪੀਲ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਹੈ ਕਿ ਜਿਹੜੇ ਪ੍ਰਾਈਵੇਟ ਮਿੱਲਾਂ ਦੇ ਮਾਲਕ ਨੇ ਜਿਨ੍ਹਾਂ ਵੱਲ 350 ਕਰੋੜ ਤੋਂ ਵੱਧ ਰੁਪਇਆ ਦੋ ਸਾਲਾਂ ਦਾ, ਉਹ ਵੀ ਕਿਰਪਾ ਕਰਕੇ ਗਵਰਨਮੈਂਟ ਦਾ ਪ੍ਰੈਸ਼ਰ ਪਾ ਕੇ ਇਹ ਪੈਸਾ ਵਾਪਸ ਦਵਾਇਆ ਜਾਵੇ। ਅਤੇ ਮੈਨੂੰ ਇਸ ਗੱਲ ਦੀ ਵੇਖੋ, ਮੈਂ ਆਪਣੇ ਵੱਲੋਂ ਅਤੇ MLA ਸਾਹਿਬਾਨ ਜਿਹੜੇ ਮੇਰੇ ਸਾਥੀ ਨੇ ਉਹਨਾਂ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਇਸ ਗੱਲ ਦਾ ਯਕੀਨ ਦਵਾਉਣਾ ਚਾਹੁੰਦਾ ਕਿ ਅਸੀਂ ਇੱਕ ਅੱਧਾ ਮਹੀਨਾ ਇਹ ਪ੍ਰਾਈਵੇਟ ਮਿੱਲਰਸ ਨੂੰ ਦੇਵਾਂਗੇ। ਜੇ ਇਹਨਾਂ ਨੇ ਤੁਹਾਡੇ ਪੈਸੇ ਨਾ ਦਿੱਤੇ ਤਾਂ ਮੇਰੀ ਤੁਹਾਡੇ ਨਾਲ ਇਹ ਵਾਅਦਾ ਹੈ, ਮੇਰਾ ਅਤੇ ਮੇਰੇ ਸਾਥੀਆਂ ਦਾ ਤੁਹਾਡੇ ਨਾਲ ਵਾਅਦਾ ਹੈ ਕਿ ਤੁਹਾਡੇ ਹੱਕਾਂ ਦੀ ਅਸੀਂ ਲੜਾਈ ਲੜਾਂਗੇ। ਸਾਨੂੰ ਭਾਵੇਂ ਜਾ ਕੇ ਕਿਸੇ ਮਿੱਲ ਨੂੰ ਤਾਲਾ ਨਾ ਲਾਉਣਾ ਪਏ, ਅਸੀਂ ਤੁਹਾਡੇ ਪਿੱਛੇ ਹਰ ਹੱਦ ਤੱਕ ਜਾਵਾਂਗੇ, ਤੁਹਾਡਾ ਹੱਕ ਜ਼ਰੂਰ ਤੁਹਾਨੂੰ ਦਵਾਵਾਂਗੇ। ਮੇਰੀ ਇਹ ਪੁਰਜ਼ੋਰ ਕੋਸ਼ਿਸ਼ ਅਜੇ ਵੀ ਹੈ ਕਿ ਇਹਦੇ ਨਾਲ ਨਾਲ ਜਿੱਥੇ ਅਸੀਂ ਪੈਸੇ ਦਵਾਉਣੇ ਨੇ ਤੁਹਾਨੂੰ, ਉਹਦੇ ਨਾਲ ਤੁਹਾਡਾ ਜਿਹੜਾ ਇੰਟਰਸਟ ਦਾ ਪੈਸਾ ਉਹ ਵੀ ਕਿਸਾਨਾਂ ਨੂੰ ਕਿਸੇ ਢੰਗ ਦੇ ਨਾਲ ਅਸੀਂ ਦਵਾ ਸਕੀਏ। ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਸਮੁੱਚੀ ਕਿਸਾਨ ਭਾਈਚਾਰੇ ਨੂੰ ਅਤੇ ਜਿਹੜੇ ਸਾਡੇ ਗੰਨੇ ਦਾ ਕਾਸ਼ਤਕਾਰੀ ਸਾਡੇ ਭਰਾ ਨੇ ਉਹਨਾਂ ਨੂੰ ਮੈਂ ਇਸ ਗੱਲ ਦੀ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਸਾਡੇ ਪੱਤਰ ਦਾ ਇਮੀਜੀਏਟ ਅਸਰ ਹੋਇਆ, 50 ਕਰੋੜ ਰੁਪਈਆ ਤਾਂ ਤੁਹਾਡੇ ਖਾਤਿਆਂ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਹੀ ਆ ਜਾਣਾ। ਪ੍ਰਾਈਵੇਟ ਮਿੱਲਾਂ ਵਾਲਿਆਂ ਨੂੰ ਵੀ ਜੋ ਮੈਨੂੰ ਪਤਾ ਲੱਗਾ ਦੇਸ਼ ਇਹਨਾਂ ਜਾਰੀ ਕਰ ਦਿੱਤਾ, ਹਰ ਪ੍ਰਾਈਵੇਟ ਮਿੱਲ ਭਾਵੇਂ ਉਹ ਮੁਕੇਰੀਆਂ ਦੀ ਹੈ, ਭਾਵੇਂ ਬੁੱਟਰਾਂ ਦੀ ਹੈ, ਭਾਵੇਂ ਕੀੜੀ ਦੀ ਹੈ, ਭਾਵੇਂ ਮੁਕੇਰੀਆਂ ਅਤੇ ਦਸੂਏ ਵਾਲੀ ਹੈ ਅਤੇ ਭਾਵੇਂ ਫਗਵਾੜੇ ਵਾਲੀ ਮਿੱਲ ਹੈ ਵਾਹਦ ਦੀ, ਜਿਨ੍ਹਾਂ ਦੇ ਜ਼ਿਆਦਾ ਪੈਸੇ ਰਹਿੰਦੇ ਨੇ, ਉਹਨਾਂ ਨੇ ਵੀ ਗੌਰਮੈਂਟ ਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਅਸੀਂ ਹਰ ਰੋਜ਼ ਆਪਣੇ ਖਾਤਿਆਂ ਵਿੱਚ 1-1 ਕਰੋੜ ਰੁਪਈਆ ਪਾਉਂਦੇ ਰਹਾਂਗੇ। ਤਾਂ ਮੇਰਾ ਖਿਆਲ ਆਉਂਦੇ 2 ਮਹੀਨਿਆਂ ਦੇ ਵਿੱਚ ਪ੍ਰਾਈਵੇਟ ਮਿੱਲਰ ਵੀ ਤੁਹਾਡੇ ਪੈਸੇ ਦੇਣਗੇ। ਸਰਕਾਰ ਜਿਹੜੀ ਆ ਹੋ ਸਕਦਾ 2 ਮਹੀਨਿਆਂ ਤੋਂ ਪਹਿਲਾਂ ਹੀ ਦੇ ਦੇ, 50 ਕਰੋੜ ਰੁਪਈਆ ਦੇ ਇੱਕ ਹਫ਼ਤੇ 'ਚ ਆ ਜਾਣਾ। ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਸਮਝਦਾ ਸੀ ਕਿ ਮੇਰਾ ਫਰਜ਼ ਬਣਦਾ ਕਿਸਾਨ ਵੀਰਾਂ ਨੂੰ ਜਾਣਕਾਰੀ ਦੇਣੀ ਕਿ ਤੁਹਾਡੇ ਦਾਸ ਦਾ ਜੋ ਤੁਸੀਂ ਡਿਊਟੀ ਲਾਈ ਸੀ ਉਹ ਡਿਊਟੀ ਜਿਹੜੀ ਹੈ ਅਸੀਂ ਨੇਪਰੇ ਚੜਾ ਦਿੱਤੀ ਹੈ ਅਤੇ ਉਹਦਾ ਅਸਰ ਵੀ ਹੋਣਾ ਸ਼ੁਰੂ ਹੋ ਗਿਆ। ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਇਜਾਜ਼ਤ ਲਊਂਗਾ। ਜੈ ਹਿੰਦ, ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ, ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ, ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94647, 84374 94648।